12 ਤਰੀਕ ਨੂੰ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਦੇਸ਼ ਭਰ ਦੇ ਵਿੱਚ ਮਨਾਇਆ ਜਾਣਾ, ਪਰ ਇਸ ਤੋਂ ਪਹਿਲਾਂ ਰਾਵਣ ਦਹਨ ਨੂੰ ਲੈ ਕੇ ਜਿਹੜਾ ਤਿਆਰੀਆਂ ਵੀ ਮੁਕੰਮਲ ਕੀਤੀਆਂ ਜਾਂਦੀਆਂ ਨੇ। ਬੇਸ਼ੱਕ ਰਾਮਲੀਲਾ ਵੀ ਕੀਤੀ ਜਾਂਦੀ ਹੈ ਨਾਟਕੀ ਰੂਪ ਦੇ ਵਿੱਚ। ਇਸ ਦੇ ਨਾਲ ਨਾਲ ਗੱਲ ਕਰੀਏ ਤਾਂ ਕਈ ਲੋਕ ਰਾਵਣ ਦੀ ਪੂਜਾ ਵੀ ਕਰਦੇ ਨੇ, ਪਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਦੇ ਵਿੱਚ ਸਭ ਤੋਂ ਉੱਚਾ ਇਸ ਵਾਰ ਜਿਹੜਾ ਰਾਵਣ ਹੈ ਉਹ ਬਣਾਇਆ ਜਾ ਰਿਹਾ, 125 ਫੁੱਟ ਉੱਚਾ ਰਾਵਣ ਬਣਾਇਆ ਜਾ ਰਿਹਾ, ਤਾਂ ਪੰਜਾਬ ਦਾ ਸਭ ਤੋਂ ਉੱਚਾ ਜਿਹੜਾ ਇਹ ਰਾਵਣ ਹੋਵੇਗਾ। ਤਾਂ ਇਹ ਕਿਹਾ ਜਾ ਸਕਦਾ ਇਸ ਦੇ ਵਿੱਚ ਕੀ ਹੋਰ ਖਾਸੀਅਤ ਰਹੇਗੀ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ, ਪਰ ਤਿਆਰੀਆਂ ਜਿਹੜੀਆਂ ਨੇ ਉਹ ਪਹਿਲਾਂ ਤੋਂ ਹੀ ਮੁਕੰਮਲ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ ਮੇਲੇ ਦਾ ਦ੍ਰਿਸ਼ ਅਗਰ ਗੱਲ ਕਰੀਏ ਲੁਧਿਆਣਾ ਦੇ ਦ੍ਰੇਸੀ ਮੈਦਾਨ ਦੇ ਵਿੱਚ ਇੱਥੇ ਮੇਲਾ ਜਿਹੜਾ ਸਜਾਇਆ ਜਾਂਦਾ, ਤਾਂ ਇਸ ਤੋਂ ਪਹਿਲਾਂ ਇੱਥੇ ਜਿਹੜਾ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਵੀ ਜਿਹੜੇ ਆ ਉਹ ਤਿਆਰ ਕੀਤੇ ਜਾ ਰਹੇ ਨੇ। ਤਾਂ ਇਸ ਵਾਰ ਸਭ ਤੋਂ ਅਗਰ ਖਿੱਚ ਦਾ ਕੇਂਦਰ ਇਹ ਦੁਸ਼ਹਿਰਾ ਬਣੇਗਾ, ਤਾਂ ਇੱਥੇ ਇਸ ਦੇ ਵਿੱਚ ਜ਼ਿਕਰ ਕੀਤਾ ਜਾ ਰਿਹਾ ਕਿ ਇੱਕ ਤਲਵਾਰ ਹੈਗੀ ਆ, ਹਾਲਾਂਕਿ ਉਸ ਨੂੰ ਲੈ ਕੇ ਵੀ ਜਿਹੜੇ ਆ ਪ੍ਰਬੰਧਕ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ, ਪਰ ਇਸ ਤੋਂ ਪਹਿਲਾਂ ਦਿਖਾ ਦਈਏ ਤਿਆਰੀਆਂ ਜਿਹੜੀਆਂ ਨੇ ਉਹ ਜ਼ਰੂਰ ਕੀਤੀਆਂ ਜਾ ਰਹੀਆਂ ਨੇ। ਔਰ ਖਾਸ ਗੱਲ ਇਹਦੇ ਵਿੱਚ ਇਹ ਹੈ ਕਿ ਇਹ ਮੁਸਲਿਮ ਪਰਿਵਾਰ ਜਿਹੜਾ ਇਸ ਰਾਵਣ ਨੂੰ 3 ਪੀੜ੍ਹੀਆਂ ਤੋਂ ਇੱਥੇ ਤਿਆਰ ਕਰਦਾ, ਪੁਤਲੇ ਦੇ ਰੂਪ ਦੇ ਵਿੱਚ ਤਿਆਰ ਕਰਦਾ, ਔਰ ਇਸ ਦੇ ਨਾਲ ਨਾਲ ਪੂਰੇ ਪੰਜਾਬ ਦੇ ਜਿਹੜੇ ਲੋਕ ਨੇ ਇੱਥੋਂ ਹੀ ਜਿਹੜਾ ਰਾਵਣ ਇਹਨਾਂ ਕੋਲੋਂ ਤਿਆਰ ਕਰਵਾਉਂਦੇ ਨੇ, ਔਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹ ਰਾਵਣ ਜਿਹੜਾ ਤਿਆਰ ਕੀਤਾ ਜਾਂਦਾ ਹੈ, ਪੁਤਲੇ ਤਿਆਰ ਕੀਤੇ ਜਾਂਦੇ ਨੇ। ਤਾਂ ਇਸ ਵਾਰ ਲੁਧਿਆਣਾ ਦੇ ਦ੍ਰੇਸੀ ਮੈਦਾਨ ਦੇ ਵਿੱਚ ਰਾਵਣ ਦੀ ਕੀ ਖਾਸੀਅਤ ਰਹੇਗੀ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ। ਹਕੀਲ ਜੀ, ਆਪ ਮੁਸਲਿਮ ਪਰਿਵਾਰ ਸੇ ਸੰਬੰਧਿਤ ਹੋ, ਕਿਤਨੇ ਸਮੇਂ ਸੇ ਯਹਾਂ ਪਰ ਰਾਵਣ ਬਣਾ ਰਹੇ ਹੋ, ਮੇਘਨਾਥ ਕੁੰਭਕਰਨ ਕੇ ਪੁਤਲੇ ਬਣਾ ਰਹੇ? ਇਹ ਹਮਾਰੀ ਤੀਸਰੀ ਪੀੜ੍ਹੀ ਹੈ, ਦਾਦਾ ਜੀ ਕੇ ਟਾਈਮ ਕੇ ਚੱਲ ਰਹੀ ਹੈ, ਪਿਤਾ ਜੀ ਅਬ ਹਮਾਰੀ 3 ਪੀੜ੍ਹੀ ਚੱਲ ਰਹੀ ਹੈ। ਇਸ ਵਾਰ ਅਗਰ ਬਾਤ ਕਰੇ 12 ਤਰੀਕ ਕੋ ਜਿਹੜਾ ਦੁਸ਼ਹਿਰੇ ਕਾ ਤਿਉਹਾਰ ਹੈ ਉਹ ਮਨਾਇਆ ਜਾਏਗਾ, ਤੋ ਇਸ ਵਾਰ ਖਾਸ ਕਿਆ ਰਹੇਗਾ? ਸਭ ਤੋਂ ਪਹਿਲੀ ਖਾਸ ਬਾਤ ਤਾਂ ਇਹ ਕਿ ਇਸ ਕੀ ਹਾਈਟ ਬੜਾਈ, ਪਿਛਲੀ ਵਾਰ 120 ਫੁੱਟ ਕਾ ਥਾ, ਇਸ ਵਾਰ 125 ਫੁੱਟ ਕਾ ਹੈ। ਦੂਸਰੀ ਬਾਤ, ਇਸ ਕੀ ਮੋਟਾਈ ਬੜਾ ਦੀ ਗਈ ਇਸ ਕੀ, ਔਰ ਤੀਸਰੀ ਬਾਤ ਇਹ ਕਿ ਇਸ ਕੀ ਜੈਕਟ ਜੋ ਹੈ ਉਹ ਰਾਜਾ ਮਹਾਰਾਜਾ ਵਾਲੀ ਦੀ ਹੋਈ ਹੈ, ਔਰ ਚੌਥੀ ਖਾਸ ਬਾਤ ਇਹ ਕਿ ਇਸ ਕੀ ਤਲਵਾਰ ਸਭਸੇ ਸਪੈਸ਼ਲਿਸਟ ਰਹੇਗੀ, ਜੋ ਤਲਵਾਰ ਮੈਸੇ ਹੱਥ ਸਵਾਈ ਚਲੇਗੀ ਉਹ ਰਿਮੋਟ ਦੁਆਰਾ ਚਲੇਗੀ। ਪਿਛਲੀ ਵਾਰ ਚੱਕਰ ਲਗਾਇਆ ਥਾ, ਇਸ ਵਾਰ ਤਲਵਾਰ, ਤਲਵਾਰ ਵਿਸ਼ੇਸ਼ਤਾ ਧਿਆਨ ਦਿਆ ਗਿਆ ਤਲਵਾਰ ਪਰ। ਤੋ ਇਹ ਬਾਤ ਕੀ ਜਾਏ, ਆਪ ਇਸਮੇ ਮਟੀਰੀਅਲ ਕੀ ਵੀ ਬਾਤ ਕਰ ਰਹੇ ਥੇ, ਇਹ ਸਾਰਾ ਮਟੀਰੀਅਲ ਜੋ ਹੈ ਬਾਹਰ ਸੇ ਆਤਾ ਹੈ, ਉਸਕੇ ਬਾਰੇ ਮੈਂ ਥੋੜ੍ਹਾ ਸਾ ਬਤਾਏਂਗੇ? ਹਾਂ ਜੀ, ਸਾਰਾ ਮਟੀਰੀਅਲ ਆਗਰਾ ਸੇ ਲਾਤੇ ਹੈ, ਔਰ ਜੋ ਇਸਕਾ ਡੈਕੋਰੇਸ਼ਨ ਕਾ ਪੇਪਰ ਹੈ ਵੋ ਵਿਦੇਸ਼ ਸੇ ਮੰਗਾਤੇ ਹੈ, US ਸੇ, ਕਿਉਂਕਿ ਵੋ ਵਾਟਰ ਪਰੂਫ ਹੈ, ਉਸਸੇ ਬਰਸਾਤ ਸੇ ਵੀ ਕੋਈ ਤਕਲੀਫ ਨਹੀਂ ਹੋਤੀ ਔਰ ਧੂਪ ਸੇ ਵੀ ਨਹੀਂ ਹੋਤੀ, ਬਾਕੀ ਕਾ ਜੋ ਵੀ ਮਟੀਰੀਅਲ ਸਾਰਾ ਆਗਰਾ ਸੇ ਹੋਤਾ ਟੋਟਲ, ਯਹਾਂ ਸੇ ਨਹੀਂ ਲੇਤੇ। ਤੋ ਉਸਮੇ ਕਿਆ ਖਾਸ ਰਹਿਤਾ ਹੈ? ਖਾਸ ਇਹ ਕਿ ਵਹਾਂ ਕਾ ਮਟੀਰੀਅਲ ਅੱਛਾ ਮਿਲਤਾ ਹੈ, ਜੈਸੇ ਵੋ ਪੇਪਰ ਲਗ ਰਹਾ ਰਾਵਣ ਪੇ, ਬਰਸਾਤ ਪੜ ਰਹੀ ਹੈ, ਉਸ ਤੋਂ ਕੋਈ ਫਰਕ ਨਹੀਂ ਪੜਾ, ਪੇਪਰ ਹਟਤਾ ਨਹੀਂ ਹੈ, ਜੋ ਆਪ ਦੇਖ ਸਕਤੇ ਹੋ ਪੇਪਰ ਐਸੇ ਕੈਸਾ ਲਗਾ ਰਹਿਤਾ, ਯਹਾਂ ਕਾ ਪੇਪਰ ਲੇਂਗੇ ਤੋ ਵੋ ਗਲ ਜਾਏਗਾ ਪਾਣੀ ਸੇ, ਗਲ ਕੇ ਹਟ ਜਾਏਗਾ ਸਾਰਾ। ਆਪ ਕਹਾਂ ਕਹਾਂ ਪਰ ਰਾਵਣ ਕੋ ਤਿਆਰ ਕਰਤੇ ਹੋ? ਅਗਰ ਪੰਜਾਬ ਕੀ ਬਾਤ ਕਰੇ, ਲੁਧਿਆਣਾ ਮੇਂ ਆਪ ਰਾਵਣ ਕੇ ਪੁਤਲੇ ਜੋ ਤਿਆਰ ਕਰ ਰਹੇ ਹੈ, ਮੇਘਨਾਥ ਕੇ ਕੁੰਭਕਰਨ ਕੇ ਪੁਤਲੇ ਤਿਆਰ ਕਰ ਰਹੇ ਹੋ, ਔਰ ਕਿਸ ਕਿਸ ਜਗ੍ਹਾ ਸੇ? ਲੁਧਿਆਣਾ ਮੇਂ ਕਾਫੀ ਮਿਲੋ ਖਾਮ ਹੈ, ਜੈਸੇ ਆਪਣੇ ਉਪਕਾਨ ਨਗਰ ਹੈ, ਅਗਰ ਨਗਰ, ਰਾਜਗੁਰੂ ਨਗਰ, ਦੁਰਾਇਆ, ਖੰਨਾ, ਐਸੀ ਔਰ ਵੀ ਬਹੁਤ ਸੀ ਜਗ੍ਹਾ ਹੈ ਜੋ ਕਾਫੀ ਮੇਲੋ ਕਾ ਕਾਮ ਹੈ ਜੀ। ਔਰ ਫਿਰ ਪਾਣੀਪਤ ਮੇਂ ਆਪਣੇ ਜੀਜਾ ਜੀ ਬਣਾ ਰਹੇ ਹੈ, ਪਾਣੀਪਤ ਮੇਂ ਚੱਲ ਰਿਹਾ ਆਪਣੇ, ਹਿਮਾਚਲ ਮੇਂ ਵੀ ਆਪਣ ਕੋਈ ਬਣਾਉਣੇ ਜਾਣਾ ਹੈ, ਯੂਪੀ ਮੇਂ ਵੀ ਜਾਣਾ ਹੈ, ਰਾਜਸਥਾਨ ਮੇਂ ਵੀ, ਤੋ ਰਾਜਸਥਾਨ ਕੇ ਪੰਜਾਬ ਕੇ ਇਲਾਵਾ ਹਰਿਆਣਾ, ਯੂਪੀ, ਹਿਮਾਚਲ, ਕਈ ਪ੍ਰਾਂਤੋਂ ਕਾ ਕਾਮ ਹੈ। ਇਹ ਲੇਬਰ ਕੋ ਫਿਰ ਕੈਸੇ ਮੈਨੇਜ ਕਰਤੇ ਹੋ ਸਾਰਾ ਕਾ ਸਾਰਾ, ਕਿ ਪਹਿਲੇ ਜੀ ਕਿਤਨੇ ਦਿਨ ਪਹਿਲੇ ਬਣਾਉਣੇ ਸ਼ੁਰੂ ਕਰ ਦਿੱਤੇ? ਜੀ 45 ਦਿਨ ਪਹਿਲੇ ਆਤੇ ਹੈ, ਔਰ ਦੋ ਲੇਬਰ ਕੋ 45 ਹੀ ਲੇਬਰ ਹੋਤੀ ਹੈ, ਤੋ 22 ਲੇਬਰ ਕੋ ਬਾਂਟ ਦਿਆ ਜਾਤਾ 200 ਮੇਂ,
22 जीजा जी संभालते हैं, 22 सोहेल और मैं संभालते हैं यहाँ पे। सोहेल आपका भांजा? हाँ सोहेल मेरा भांजा है। तो इधर दो आदमी हम होते हैं और उधर हमारे जीजा जी और उनका एक बेटा बड़ा वाला वो संभालते हैं और दीदी होती हैं। तो तीन तीन बंदे घर को जाते हैं, बाकी लेबर को संभालते हैं। मतलब कहने का सारा मुस्लिम परिवार से संबंधित होता है? नहीं, हम मुस्लिम हैं, हमारे साथ जो बंदे हैं वो हिंदू हैं, टोटल हिंदू हैं। मुस्लिम भी हैं, पंडित भी हैं, बामन भी हैं, बनिए भी हैं। तो ये सब मिलजुल के भाईचारे की तरह रावण को त्यौहार को मनाया जाता है। तो अभी इसमें जो आपने बताया तलवार वाला, उसमें तलवार से पटाखे चलेंगे? हाँ तलवार से पटाखे चलेंगे और बेहतरीन वाली आतिशबाजी चलेगी वो रिमोट द्वारा। पहले तलवार में से ही आतिशबाजी चलेगी, फिर उसकी छतरी घूमेगी मुँह में से, आंखों में से, कानों में, उसके बाद में आग लगेगी रावण में। ये सारा रिमोट से बनाया? सारा रिमोट्स के द्वारा। सो साफ तौर पर ये जरूर जो उन्हों का कहना कि सारा का सारा जो मटीरियल है वह बाहर तो आता, हालांकि जोड़े दिखावे थानू कि जोड़े पुतले है जोड़े तैयार किए गए हैं और इस उत्ते जो दसा जा रहा है कि पेपर जोड़ा है सारा लैमीनेशन पेपर है। अगर यह बारिश के धुप्ते भी प्या रहे तो यह खराब नहीं होगा। हालांकि जोड़े पुतले है वो जरूर तैयार कर दते गए हैं और ये जरूर उन्हों का कहना है कि बेशक 12 तरीक न जोड़ा दशहरे का पवित्र त्यौहार देश भर के मनाया जाना, पर इस तो पहला 45 दिन उन्होंने लग जाते ने इन मटीरियल्स न तैयार करते हुए। और ये उन्होंने जरूर किया है कि इस बार जोड़ा रावण बनाया गया वो 125 फुट उच्चा रावण बनाया गया है और पिछली बार 120 फुट उच्चा रावण सगा। और इस बार उन्होंने ये भी जिक्र किया है कि इस दे विच एक तलवार जड़ी है वो रिमोट दे नाल चलेगी जिस दे जरिए पटाके चलणगे तो किते ना किते दर्शकों की खिच का केंद्र भी बनेगी। इस दे नाल नाल जड़ा दशहरे का पवित्र त्यौहार है वह भी मनाउण दी उन्होंने गल कही है और उन्होंने कहा कि इसका सारा मटीरियल जड़ा वो बाहर तो आता है। तो यह भी कहा जा सकता है कि मुस्लिम परिवार के नाल नाल होर जिहड़े लोग ने वह इस धंधे दे नाल जुड़े ने और यूपी तो यह परिवार जड़ा संबंध रखता, तीन पीढ़ियाँ हो गई इन्हों जड़ा यह रावण मेघनाथ और कुंभकर्ण के पुतले बनाउंदिआं नूं और इन्हों का यह कहना है कि अगे भी इस तरीके दे नाल हो पुतलियां दा ही जड़ा काम उही करदे ने। और ये लुधियाणा दे विच उन्हां दे वल्लों जड़ा तीन पीढ़ियाँ तो ही ये जड़े पुतले आ वह बनाए जा रहे हैं। हुण देखना यह होगा कि लुधियाणा दे विच 12 तरीक नूं जड़ा आकर्षण का केंद्र बनिया रावण का पुतला जड़ा उस दे विच किस तरीके दे नाल होर जिहड़ी झलक पैदा होवेगी। लुधियाणा तो रजिंदर अरोड़ा न्यूज़ 18।